ਅੱਜ ਦਾ ਦੌਰ ਨੌਜਵਾਨੀ ਦਾ ਦੌਰ ਹੈ ਕਿਉਂਕਿ ਜੇ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਅੱਜ ਹਰੇਕ ਪਾਰਟੀ ਭਾਵੇਂ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਹਰੇਕ ਪਾਰਟੀ ਦਾ ਮਕਸਦ ਹੁੰਦਾ ਹੈ ਕਿ ਨੌਜਵਾਨਾਂ ਨੂੰ ਅਸੀਂ ਅੱਗੇ ਲਿਆਈਏ ਪਾਰਟੀਆਂ ਵੱਲੋਂ ਨੌਜਵਾਨ ਕੈਂਡੀਡੇਟ ਖੜਾਏ ਜਾਂਦੇ ਨੇ ਕਿ ਵਧੀਆ ਨੌਜਵਾਨ ਅੱਗੇ ਇਹਨਾਂ ਨਾਲ ਜੁੜ ਕੇ ਵਧੀਆ ਕਾਰਜ ਕਰਨ ਤਾ ਜੋ ਸਾਡੀ ਪਾਰਟੀ ਦਾ ਨਾ ਰੋਸ਼ਨ ਹੋਵੇ ਪਰ ਅੱਜ ਅਸੀਂ ਇੱਕ ਗੱਲ ਸਰਪੰਚੀ ਪਾਂਚੀ ਦੇ ਕਰਨ ਲੱਗੇ ਆ ਪਿੰਡ ਬਹਿਲੋਲਪੁਰ ਜ਼ਿਲ੍ਹਾ ਲੁਧਿਆਣਾ ਨੇੜੇ ਝਾੜ ਸਾਹਿਬ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਦੇ ਨਜ਼ਦੀਕ ਪੈਂਦਾ ਪਿੰਡ ਨਹਿਰ ਦੇ ਕੰਡੇ ਤੇ ਵਸਿਆ ਇੱਕ ਕਸਬਾ ਬਹਿਲੋਲਪੁਰ ਜਿੱਥੋਂ ਦੀ ਅਸੀਂ ਗੱਲ ਕਰਨ ਜਾ ਰਹੇ ਅੱਜ ਇੱਥੇ ਪਹੁੰਚੇ ਸੀ ਪਿੰਡ ਦਾ ਨਕਸ਼ਾ ਦੇਖ ਕੇ ਅ ਦਿਲ ਕੀਤਾ ਕਿ ਇਸ ਨੂੰ ਆਪਣੇ ਚੈਨਲ ਤੇ ਰਾਹੀਂ ਲੋਕਾਂ ਨੂੰ ਵੀ ਦਿਖਾਇਆ ਜਾਵੇ ਕਿ ਇੱਥੋਂ ਦਾ ਜੋ ਨੌਜਵਾਨ ਸਰਪੰਚ ਹੈ ਗੱਲ ਕਰਦੇ ਆ ਰਮਨਦੀਪ ਰਾਏ ਸਰਪੰਚ ਦੀ ਕਿਉਂਕਿ ਉਸ ਨੇ ਜਦੋਂ ਦੀ ਸਰਪੰਚੀ ਦੀ ਵਾਗਡੋਰ ਆਪਣੇ ਹੱਥ ਦੇ ਵਿੱਚ ਲਈਤੀ ਆ ਉਦੋਂ ਤੋਂ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਗਲੀਆਂ ਨਾਲੀਆਂ तकरीबन ਰਹਿਦਾ ਕਾਰਜ ਹਰੇਕ ਮੁਕੰਮਲ ਕਰਵਾਇਆ ਹੈ ਤੇ ਅੱਜ ਜਿੱਥੇ ਅਸੀਂ ਖੜੇ ਆ ਇਹ ਰਮਨਦੀਪ ਰਾਏ ਵੱਲੋਂ ਬਣਾਇਆ ਗਿਆ ਇੱਕ ਪਾਰਕ ਹੈ ਜੋ ਇੱਥੇ ਜ਼ਮੀਨ ਖਾਲੀ ਪਈ ਸੀ ਉਸ ਤੋਂ ਇੱਕ ਪਾਰਕ ਬਣਾਇਆ ਗਿਆ ਤੇ ਨਾਲ ਜਿਮ ਲਾਈ ਗਈ ਹੈ ਖਾਸ ਕਰ ਬੱਚਿਆਂ ਵਾਸਤੇ ਖੇਡਣ ਵਾਸਤੇ ਤੇ ਨੌਜਵਾਨ ਬਜ਼ੁਰਗ ਕਹ ਲੋ ਹਰੇਕ ਉਮਰ ਦਾ ਜੋ ਵੀ ਇਸ ਜਿਮ ਨੂੰ ਕਰਨਾ ਚਾਹੁੰਦਾ ਇਸ ਪਾਰਕ ਦੇ ਵਿੱਚ ਆ ਕੇ ਜਿਮ ਕਰ ਸਕਦਾ ਤੇ ਪਾਰਕ ਦੇ ਵਿੱਚ ਬੱਚੇ ਵੀ ਖੇਡ ਸਕਦੇ ਨੇ ਸਾਡੇ ਬੈਕ ਸਾਈਡ ਰਮਨ ਰਾਏ ਜੀ ਵੀ ਮੌਜੂਦ ਨੇ ਤੇ ਇਸ ਟਾਈਮ ਚੱਲ ਰਿਹਾ ਪ੍ਰੋਗਰਾਮ ਜੋ ਵੀ ਜਿਮ ਇਹ ਇਸ ਟਾਈਮ ਇੱਥੇ ਲਵਾ ਰਹੇ ਨੇ ਉਸ ਦਾ ਜੋ ਰੈਂਦਾ ਕਾਰਜ ਹੈ ਉਸ ਨੂੰ ਨੇਪਰੇ ਚਾੜਿਆ ਜਾ ਰਿਹਾ ਅਸੀਂ ਗੱਲਬਾਤ ਕਰਾਉਣੀ ਹੈ ਤੁਹਾਡੀ ਰਮਨ ਰਾਏ ਜੀ ਨਾਲ ਰਮਨ ਰਾਏ ਜੀ ਸਾਡੇ ਨਾਲ ਨੇ ਜੋ ਕਿ ਨੌਜਵਾਨ ਆਗੂ ਵੀ ਨੇ ਕਾਂਗਰਸ ਪਾਰਟੀ ਤੋਂ ਇੱਥੇ ਸਾਡੇ ਜੋ ਵਿਧਾਇਕ ਨੇ ਐਮਐਲਏ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਕਾਰਜ ਹੋ ਰਹੇ ਨੇ ਸਾਰੇ ਉਹਨਾਂ ਦੀ ਛਤਰ ਛਾਇਆ ਹੇਠ ਰਹੇ ਨੇ ਤੇ ਉਹੋ ਜਿਹਾ ਹੀ ਕਹਿ ਲੋ ਕਿ ਉਹਨਾਂ ਨੇ ਵਧੀਆ ਕਾਰਜ ਕੀਤੇ ਨੇ ਜੋ ਇੱਥੇ ਮੌਜੂਦਾ ਐਮਐਲਏ ਨੇ ਉਹਨਾਂ ਨੇ ਵਧੀਆ ਕਾਰਜ ਕੀਤੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਗਾਂ ਰਮਨ ਰਾਏ ਜੀ ਵੀ ਵਧੀਆ ਕਾਰਜ ਕਰ ਰਹੇ ਨੇ ਰਾਏ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਅਸੀਂ ਇੱਥੇ ਪਹੁੰਚੇ ਸੀ ਤੇ ਤੁਹਾਡੇ ਪਿੰਡ ਦਾ ਮਾਹੌਲ ਦੇਖਿਆ ਬੱਚੇ ਖੇਡ ਰਹੇ ਨੇ ਤੇ ਗਲੀਆਂ ਨਾਲੀਆਂ ਵੀ ਪੱਕੀਆਂ ਹੋ ਗਈਆਂ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਫਰਕ ਹੈ ਕੀ ਪਿੰਡ ਦਾ ਰਿਸਪਾਂਸ ਹੈ ਪੂਰਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਵੀ ਖਾਲਸਾ ਚੈਨਲ ਟੀਵੀ ਵਾਲਿਆਂ ਦਾ ਕਿ ਜੋ ਇਹ ਸਾਡੇ ਜੋ ਅਸੀਂ ਪਿੰਡ ਦੇ ਵਿੱਚ ਕੋਈ ਵੀ ਐਕਟੀਵਿਟੀ ਕਰਦੇ ਆ ਕਿ ਉਹ ਸਾਨੂੰ ਪਹਿਲ ਦੇ ਆਧਾਰ ਤੇ ਆਪਣੇ ਚੈਨਲ 'ਤੇ ਦਿਖਾਉਂਦੇ ਨੇ ਤੇ ਗੱਲ ਕਰੀਏ ਵਿਕਾਸ ਦੀ ਜੋ ਸਾਡੇ ਹਲਕੇ ਦੇ ਐਮਐਲਏ ਸਰਦਾਰ ਮਜੀਠ ਸਿੰਘ ਜੀ ਢਿੱਲੋਂ ਨੇ ਉਹਨਾਂ ਦਾ ਸਾਰੇ ਹਲਕੇ ਦੇ ਨਾਲ-ਨਾਲ ਬਹਿਲੋਲਪੁਰ ਤੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਨੂੰ ਜੋ ਪਿੰਡ ਆ ਪਹਿਲਾਂ ਕਾਫੀ ਬਲਾਗ ਦੇ ਵਿੱਚ ਕੁਝ ਪਿੱਛੜ ਚੁੱਕਿਆ ਸੀਗਾ ਆ ਪਿੰਡਾਂ ਦੇ ਨਾਲੋਂ ਪਰ ਉਹਨਾਂ ਦੀ ਰਹਿਮ ਨਵਾਈ ਦੇ ਹੇਠ ਸਾਡੇ ਕਰਨਵੀਰ ਨੇ ਜੋ ਜੂਥਰੀ ਪ੍ਰਧਾਨਗੀ ਕਰਦੇ ਨੇ ਮੈਂ ਆ ਵਾਈਸ ਪ੍ਰੈਜ਼ੀਡੈਂਟ ਰਿਹਾ ਕਿ ਸਾਡੇ ਵੱਲੋਂ ਤੇ ਸਾਡੀ ਪੰਚਾਇਤ ਵੱਲੋਂ ਪੂਰੇ ਅਸੀਂ ਆਪਣੇ ਮਨੋ ਮਨੋ ਕੰਮ ਕਰਨ ਲੱਗੇ ਹੋਏ ਆ ਚਾਹੇ ਉਹ ਗਲੀਆਂ ਨਾਲੀਆਂ ਦੀ ਲਈਏ ਤੇ ਚਾਹੇ ਆਪਾਂ ਪਾਰਕ ਦੀ ਲਈਏ ਚਾਹੇ ਉਹ ਜਿਮ ਆ ਇਹ ਸਾਨੂੰ ਕਰਨਵੀਰ ਜੀ ਨੇ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਨੂੰ ਦਵਾਇਆ ਅਸੀਂ ਬਹੁਤ ਧੰਨਵਾਦ ਕਰਦੇ ਆਂ ਐਮਐਲ ਸਾਹਿਬ ਦਾ ਕਰਨਵੀਰ ਜੀ ਦਾ ਅਤੇ ਨਗਰ ਨਿਵਾਸੀਆਂ ਦਾ ਜੋ ਸਾਨੂੰ ਨਗਰ ਦਾ ਵੀ ਪੂਰਾ ਸਾਡੇ ਹਰੇਕ ਕੰਮ ਦੇ ਵਿੱਚ ਸਾਡਾ ਉਸ ਤੁਹਾਨੂੰ ਸਹਿਯੋਗ ਮਿਲਦਾ ਜੀ ਜਿਵੇਂ ਤੁਸੀਂ ਨੌਜਵਾਨ ਆਗੂ ਨੇ ਅੱਜ ਕੱਲ ਹਰੇਕ ਪਾਰਟੀ ਚਾਹੁੰਦੀ ਹੈ ਕਿ ਨੌਜਵਾਨ ਆਗੂ ਅੱਗੇ ਆਉਣ ਤੁਹਾਡੀ ਪਾਰਟੀ ਦਾ ਵੀ ਸ਼ਾਇਦ ਇਹੀ ਏਜੰਡਾ ਹੋਊਗਾ ਕਿ ਸਾਡੇ ਵੱਲੋਂ ਰਮਨ ਰਾਏ ਜੀ ਅੱਗੇ ਆ ਕੇ ਕੰਮ ਕਰ ਰਹੇ ਨੇ ਲੱਗਦਾ ਹੈ ਵੀ ਜਿਵੇਂ ਹੁਣ ਅੱਜ ਕੱਲ ਪੰਜਾਬ ਦਾ ਮਾਹੌਲ ਹੈ ਕਿਸਾਨੀ ਮੁੱਦਾ ਭਖਿਆ ਹੋਇਆ ਇਸ ਟਾਈਮ ਆ ਕਾਫੀ ਪਾਸੇ ਭਾਜਪਾ ਹੋਰ ਪਾਰਟੀਆਂ ਦਾ ਕਾਫੀ ਪਾਰਟੀਆਂ ਦਾ ਵਿਰੋਧ ਹੁੰਦਾ ਹੈ ਪਰ ਕਾਂਗਰਸ ਕਿਤੇ ਨਾ ਕਿਤੇ ਅੱਜ ਹੁਣ ਜਿਵੇਂ ਬਜਟ ਦੇ ਵਿੱਚ ਕਾਫੀ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਕਾਂਗਰਸ ਸਰਕਾਰ ਨੇ ਲੱਗਦਾ ਵੀ ਇਹਨਾਂ ਸਹੂਲਤਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਫਿਰ ਤੋਂ ਅੱਗੇ ਆਊਗੀ ਦੇਖੋ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਜਿਵੇਂ ਹੁਣ ਲਾ ਲਓ ਬੱਸ ਆਪਣੇ ਸਰਕਾਰੀ ਬੱਸਾਂ ਦੇ ਵਿੱਚ ਲੇਡੀਜ਼ ਨੂੰ ਸਫਰ ਉਹਨਾਂ ਦਾ ਬਿਲਕੁਲ ਫ੍ਰੀ ਕੀਤਾ ਜੋ ਪੈਨਸ਼ਨਾਂ ਸੀਗੇ ਉਹਨਾਂ ਤੇ ਪੂਰਾ ਵਾਅਦਾ ਕੀਤਾ ਕੈਪਟਨ ਸਾਹਿਬ ਨੇ ਚਾਹੇ ਉਹ ਆਪਾਂ ਕਿਸਾਨ ਦੀ ਲਾ ਲਓ ਜਿਨ੍ਹਾਂ ਦੇ ਉਹਨਾਂ ਨੇ ਕਰਜ਼ਾ ਮਾਫੀ ਦੇ ਲਾਇਏ ਸੀਗੇ ਵਾਅਦੇ ਕੀਤੇ ਸੀਗੇ ਜੋ ਵੀ ਉਹਨਾਂ ਨੇ ਚੋਣ ਮੈਨੀਫੈਸਟ ਵਿੱਚ ਵਾਅਦੇ ਕੀਤੇ ਸੀਗੇ ਉਹ ਕੈਪਟਨ ਸਰਕਾਰ ਇੱਕ ਇੱਕ ਕਰਕੇ ਲਗਭਗ ਪੂਰੇ ਕਰ ਰਹੀ ਹੈ ਜੋ ਬਾڑے ਮੋਟੇ ਰਹਿੰਦੇ ਨੇ ਉਹ ਵੀ ਸਾਨੂੰ ਉਮੀਦ ਆ ਕਿ ਪੂਰੇ ਕਰਨਗੇ ਅਤੇ ਆਉਣ ਵਾਲੀ ਸਰਕਾਰ ਜੋ 100% ਕਾਂਗਰਸ ਦੀ ਬਣਨ ਜਾ ਰਹੀ ਆ ਜੋ ਆਪਾਂ ਕਾਲੀਆਂ ਤੇ ਭਾਜੀਪੀ ਦੀ ਗੱਲ ਕਰੀਏ ਭਾਜੀਪੀ ਨੂੰ ਪਤਾ ਹੀ ਲੋਕਾਂ ਨੇ ਕਿੰਨਾ ਪਹਿਲਾਂ ਵੀ ਹੁਣ ਆਪਣੀ ਐਮਸੀ ਨੇ ਚੋਣਾ ਹੋਈਆਂ ਨੇ ਤੇ ਕਿਤੇ ਉਹਨਾਂ ਦੇ ਸ਼ਹਿਰਾਂ ਦੇ ਵਿੱਚੋਂ ਕਿਤੇ ਖਾਤੇ ਵੀ ਨਹੀਂ ਖੁੱਲੇ ਤੇ ਨਾ ਹੀ ਉਹ ਟੇਟਾ ਲੈਂਡ ਦੇ ਚਾਹਵਾਨ ਸੀਗੇ ਕਿਉਂਕਿ ਲੋਕਾਂ ਵੱਲੋਂ ਜੋ ਰਿਸਪਾਂਸ ਸੀਗਾ ਉਹ ਬੀਜੇਪੀ ਦਾ ਬਿਲਕੁਲ ਜ਼ੀਰੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਜਿਵੇਂ ਪਰ ਪਤਾ ਹੀ ਪਹਿਲੀ ਬੰਤੀ ਜਾਣਦੇ ਆ ਚੇ ਅਕਾਲੀ ਦਲ ਤੇ ਬੀਜੇਪੀ ਨੇ ਹੁਣ ਤੱਕ ਜਿੰਨਾ ਨਿਗ ਮਾਣਿਆ ਪੰਜਾਬ ਦੇ ਵਿੱਚ ਰਲ ਮਿਲ ਕੇ ਮਾਣਿਆ ਉਹਨਾਂ ਦਾ ਵੀ ਉਹਨਾਂ ਨੂੰ ਨੁਕਸਾਨ ਅਕਾਲੀ ਦਲ ਵਾਲਿਆਂ ਨੂੰ ਬਰਾਬਰ ਭੁਗਤਣਾ ਪਊਗਾ ਇਹਨਾਂ ਨੂੰ ਕੋਈ ਵੀ ਆਉਣ ਵਾਲੀ 2022 ਦੇ ਵਿੱਚ ਚਾਹੇ ਅਕਾਲੀ ਨੇ ਚਾਹੇ ਬੀਜੇਪੀ ਵਾਲੇ ਨੇ ਚਾਹੇ ਆਵਾਦਨੀ ਪਾਰਟੀ ਆ ਇਹਨਾਂ ਨੂੰ ਕੋਈ ਵੀ ਮੂੰਹ ਨਹੀਂ ਲਾਊਗਾ ਜੋ ਅੱਜ ਪੰਜਾਬ ਦੇ ਵਿੱਚ ਵਿਕਾਸ ਹੋਏ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਕੈਪਟਨ ਰਵਿੰਦਰ ਸਿੰਘ ਜੀ ਦੀ ਆਉਣ ਵਾਲੀ ਸਰਕਾਰ ਆ 2022 ਦੇ ਵਿੱਚ ਉਹ 100% ਬਣਨੀ ਹੈ ਅ ਜਿਵੇਂ ਗੱਲ ਕਰੀਏ ਆਪਾਂ ਕੱਲੇ ਪਾਰਕ ਦੀ ਜਾਂ ਗਲੀਆਂ ਨਾਲੀਆਂ ਦੀ ਗੱਲ ਕਰੀਏ ਕਿਸੇ ਤਰ੍ਹਾਂ ਜਿਵੇਂ ਅਸੀਂ ਕੇ ਵੀ ਚੀਜ਼ ਦੇਖੀਏ ਜਦੋਂ ਅਸੀਂ ਐਂਟਰੀ ਪੁਆਇੰਟ ਤੁਹਾਡੇ ਪਿੰਡ ਦੇ ਵਿੱਚ ਬੜੇ ਸੀ ਉਸ ਟਾਈਮ ਬਹੁਤ ਵਧੀਆ ਤੁਸੀਂ ਲਿਖ ਕੇ ਲਾਇਆ ਵਾ ਸੀ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਜੀ ਆਇਆਂ ਨੂੰ ਪਿੰਡ ਦੇ ਦੋਨੇ ਪਾਸੇ ਸੁਣਨਾ ਚਾਇਆ ਕਿ ਲਾਇਆ ਗਿਆ ਏ ਹੋਰ ਜੋ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਕਿਉਂਕਿ ਅੱਜ ਦਾ ਜੋ ਟਾਈਮ ਹੈ ਨੌਜਵਾਨੀ ਦਾ ਟਾਈਮ ਹੈ ਹਰ ਇੱਕ ਪਾਸੇ ਨੂੰ ਕਹਿੰਦੇ ਜਿਵੇਂ ਪਹਿਲਾਂ ਕਹਿੰਦੇ ਰਹੇ ਨੇ ਕਿ ਨੌਜਵਾਨ ਨਸ਼ੇੜੀ ਬਣ ਗਏ ਸੀ ਚਿੱਟੇ ਦੇ ਸ਼ਿਕਾਰ ਹੋ ਗਏ ਨੇ ਪਰ ਅੱਜ ਨੌਜਵਾਨ ਦਿੱਲੀ ਦੇ ਵਿੱਚ ਇਸ ਟਾਈਮ ਮਤਲਬ ਕਿ ਆਪਣਾ ਪੂਰਾ ਦਬਦਬਾ ਬਣਾਈ ਬੈਠੇ ਨੇ ਕੇਂਦਰ ਸਰਕਾਰ ਨੂੰ ਘੇਰਾ ਪਿਆ ਹੋਇਆ ਇਸ ਟਾਈਮ ਨੌਜਵਾਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਨੇ ਜਿਹੜੇ ਤੁਹਾਡੇ ਹਾਮੀ ਉਮਰ ਦੇ ਸਰਪੰਚ ਪੰਚ ਨੇ ਖਾਸ ਕਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਹਰੇਕ ਸਰਪੰਚ ਨੂੰ ਕਹੂੰਗਾ ਕਿ ਆਪਣਾ ਜੋ ਵੀ ਆਪਾਂ ਨੂੰ ਜੋ ਆਪਣੇ ਪਿੰਡ ਵਾਲੇ ਆਪਾਂ ਨੂੰ ਜ਼ਿੰਮੇਵਾਰੀ ਸੰਭਾਲਦੇ ਨੇ ਆਪਾਂ ਉਹਨੂੰ ਪੂਰੇ ਇਮਾਨਦਾਰੀ ਨਾਲ ਮਨੋਤਨ ਉਹਨਾਂ ਨੂੰ ਵਾਈਏ ਅਤੇ ਜੋ ਯੂਥ ਆ ਉਹਨਾਂ ਵਿੱਚ ਕੰਮ ਕਰਨ ਦੀ ਇੱਛਾ ਹੁੰਦੀ ਆ ਕੁਝ ਅਣਥੱਕ ਹੁੰਦੇ ਨੇ ਸੂਝਵਾਨ ਹੁੰਦੇ ਨੇ ਪੜ੍ਹੇ ਲਿਖੇ ਹੁੰਦੇ ਨੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਮੂਰੀ ਹੋ ਕੇ ਕੰਮ ਕਰਨ ਅਤੇ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਆ ਜੋ ਦਿੱਲੀ ਦੇ ਵਿੱਚ ਸਾਡੇ ਯੂਥ ਸਾਹਿਬ ਬਹੁਤ ਯੋਗ ਯੋਗਦਾਨ ਰਿਹਾ ਉੱਥੇ ਤੇ ਆਉਣ ਵਾਲਾ ਸਮਾਂ ਜੋ ਸਾਡੇ ਯੂਥ ਨੇ ਜਾਂ ਕਿਸਾਨ ਵੀਰ ਬੈਠੇ ਨੇ ਉਹ ਬਿਲਕੁਲ ਉੱਥੋਂ 100% ਜਿੱਤ ਕੇ ਆਉਣਗੇ ਜੋ ਇਹਦੇ ਕਾਲੇ ਕਾਨੂੰਨ ਬਣਾਏ ਹੋਏ ਨੇ ਮੋਦੀ ਸਰਕਾਰ ਦੇ ਉਹ ਬਿਲਕੁਲ ਉਹਨੂੰ ਰੱਦ ਕਰਨੇ ਪੈਣਗੇ ਤੇ ਫਿਰ ਦੁਬਾਰਾ ਮੈਂ ਉਹਨਾਂ ਸਾਰੇ ਯੂਥ ਨੂੰ ਕਿਸਾਨਾਂ ਨੂੰ ਵਧਾਈ ਦੇਣਾ ਕਿ ਉਹ ਉੱਥੇ ਬੈਠੇ ਨੇ ਸਾਡੇ ਪੰਜਾਬ ਦੇ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਹਰ ਇੱਕ ਵਰਗ ਲਈ ਜੋ ਸਾਡੇ ਹਰੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਉਹਨਾਂ ਸਾਰਿਆਂ ਦੇ ਜੋ ਆਪਣੇ ਹੱਕ ਨੇ ਉਹ ਲੈ ਕੇ ਮੋੜਨਗੇ ਜੀ ਅੱਜ ਦਾ ਟਾਈਮ ਹੈ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਅੱਜ ਦਾ ਟਾਈਮ ਹੈ ਜੋ ਪਿੰਡਾਂ ਦੇ ਵਿੱਚ ਪਾਰਟੀਵਾਦੀਆਂ ਦੇਖੀਆਂ ਜਾਂਦੀਆਂ ਨੇ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਸੀ ਕਿ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਦਾ ਨਾਮ ਲੈ ਲਓ ਪਿੰਡਾਂ ਵਿੱਚ ਪਾਰਟੀਵਾਦੀਆਂ ਖਾਸ ਕਰ ਪੋਲਿਟਿਕਸ ਪਾਰਟੀਆਂ ਜੋ ਸਿਆਸਤੀ ਪਾਰਟੀਆਂ ਨੇ ਉਹਨਾਂ ਦੇ ਥਰੂ ਬਣਦੀਆਂ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਖਤਮ ਕਰ ਦੇਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਜੋ ਬੰਦਾ ਮਿਹਨਤ ਕਰਨ ਦਾ ਇੱਛਕ ਹੋਵੇ ਉਸ ਨੂੰ ਹੀ ਕਿਸੇ ਨਾ ਕਿਸੇ ਅਹੁਦੇ ਤੇ ਚਾਹੇ ਉਹ ਪੰਚਾਇਤ ਮੈਂਬਰ ਬਣਨ ਦਾ ਇੱਛਕ ਹੋਵੇ ਚਾਹੇ ਉਹ ਸਰਪੰਚ ਦਾ ਹੋਵੇ ਚਾਹੇ ਬਲਾਕ ਸੰਮਤੀ ਮੈਂਬਰ ਹੋਵੇ ਕੋਈ ਵੀ ਜੇ ਕਿਸੇ ਨੇ ਕੋਈ ਜ਼ਿੰਮੇਵਾਰੀ ਸਮਝਣੀ ਆ ਉਹ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਲੜਨੀ ਚਾਹੀਦੀ ਹੈ ਇਲੈਕਸ਼ਨ ਜਿੱਤਣ ਤੋਂ ਬਾਅਦ ਚਾਹੇ ਉਹ ਕਾਲੀ ਵੱਲੋਂ ਜਿੱਤੇ ਆਵੇ ਚਾਹੇ ਕਾਂਗਰਸ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਚਾਹੇ ਆਜ਼ਾਦ ਪਰ ਪਿੰਡ ਦੇ ਵਿੱਚ ਜੋ ਕੰਮ ਕਾਜ ਕਰਨੇ ਨੇ ਉਹ ਬਿਲਕੁਲ ਪਾਰਟੀ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਨੇ ਤਾਂ ਹੀ ਪਿੰਡ ਦਾ ਵਿਕਾਸ ਤੇ ਪਿੰਡ ਨੂੰ ਇੱਕ ਸਹੀ ਸੇਧ ਮਿਲ ਸਕਦੀ ਹੈ ਜੀ ਸਾਡੇ ਤੁਸੀਂ ਬੈਕ ਸਾਈਡ ਦੇਖ ਰਹੇ ਹੋ ਇਸ ਟਾਈਮ پارک ਦੇ ਵਿੱਚ ਬੱਚੇ ਬਹੁਤ ਉਤਸ਼ਾਹਤ ਨੇ ਖੇਡਣ ਲਈ ਪਹੁੰਚੇ ਨੇ ਇੱਕ ਬੱਚਾ ਸਾਡੇ ਨਾਲ ਹਾਜ਼ਰ ਵੀ ਹੈ ਅਸੀਂ ਗੱਲ ਕਰਦੇ ਆਂ ਬੇਟਾ ਕੀ ਕਿਹੜਾ ਪਿੰਡ ਆ ਥੋੜਾ ਬਹਿਲੋਲਪੁਰ ਆਹੀ ਪਿੰਡ ਆ ਜੀ ਇਹੀ ਪਿੰਡ ਆ ਹਾਂਜੀ ਔਰ ਥੋੜੇ ਪਿੰਡ ਦੇ ਜੋ ਸਰਪੰਚ ਨੇ ਰਮਨ ਰਾਏ ਜੀ ਉਹ ਉਹਨਾਂ ਵੱਲੋਂ ਜੋ ਇਹ ਕਾਰਜ ਕੀਤੇ ਜਾਵੇ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਵਧੀਆ ਲੱਗਦੇ ਨੇ ਅਸੀਂ ਰਮਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉਹਨਾਂ ਨੇ ਪਹਿਲਾਂ ਸਾਡੇ ਲਈ ਪਾਰਕ ਬਣਾਈ ਉਸ ਤੋਂ ਬਾਅਦ ਉਹਦੇ ਵਿੱਚ ਚ ਜਿਮ ਬਣਵਾਈ ਹੈ ਇਸ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਮੁੰਡੇ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਛੋਟੇ ਤੇਰੀ ਉਮਰ ਦੇ ਬੱਚੇ ਨੇ ਔਰ ਹੋਰ ਵੀ ਆਉਂਦੇ ਨੇ ਇੱਥੇ ਖੇਲਣ ਵਾਸਤੇ ਹਾਂਜੀ ਸਾਰੇ ਜਾਣੇ ਆਉਂਦੇ ਆ ਬਜ਼ੁਰਗ ਸਾਰੇ ਆੰਦੇ ਆ ਜੀ ਅੱਛਾ ਵਧੀਆ ਲੱਗਦਾ ਹੈ ਵੀ ਤੁਹਾਡੇ ਪਿੰਡ ਦੇ ਸਰਪੰਚ ਨੇ ਵਧੀਆ ਕੰਮ ਕਰਿਆ ਹਾਂਜੀ ਬਹੁਤ ਵਧੀਆ ਲੱਗਦਾ ਜੀ ਦੇਖੋ ਜਿਵੇਂ ਬੱਚਿਆਂ ਬੱਚੇ ਨੇ ਦੱਸਿਆ ਕਿ ਜਿਵੇਂ ਲੱਗੀ ਹੈ ਪਹਿਲਾਂ ਇਸ ਤੋਂ ਪਹਿਲਾਂ ਪਾਰਕ ਬਣਾਇਆ ਸੀ ਘੁੰਮਣ ਫਿਰਨ ਵਾਸਤੇ ਸੋ ਬੱਚੇ ਜਿੱਥੇ ਪੜਨ ਲਈ ਮਤਲਬ ਇਸ ਪਾਰਕ ਦੇ ਵਿੱਚ ਬਹਿੜਦੇ ਨੇ ਆ ਕੇ ਉੱਥੇ ਹੀ ਜਿਵੇਂ ਦੇ ਵਿੱਚ ਆਪਣੀ ਸਿਹਤ ਨੂੰ ਸਿਹਤਯਾਬ ਰੱਖਣ ਲਈ ਵੀ ਇੱਥੇ ਪਹੁੰਚਦੇ ਨੇ ਜਿਵੇਂ ਬੱਚੇ ਨੇ ਦੱਸਿਆ ਕਿ ਇੱਥੇ ਸ਼ਾਮ ਨੂੰ ਬਜ਼ੁਰਗ ਬੱਚੇ ਮਹਿਲਾਵਾਂ ਹਰੇਕ ਉਮਰ ਦਾ ਹਰੇਕ ਵਰਗ ਦਾ ਇੱਥੇ ਬੰਦਾ ਪਹੁੰਚਦਾ ਹੈ ਜਿੰਮ ਕਰਨ ਵਾਸਤੇ ਸੋ ਅਗਲੀ ਜੋ ਕਾਰਵਾਈ ਹੈ ਕੱਲ ਨੂੰ ਇਸ ਦਾ ਜਿੰਮ ਦਾ ਉਘਾਟਣਾ ਹੈ ਅਮਰੀਕ ਸਿੰਘ ਢਿੱਲੋ ਜੀ ਹਲਕਾ ਸਮਰਾਲਾ ਤੋਂ ਐਮਐਲਏ ਸਾਹਿਬ ਨੇ ਉਹਨਾਂ ਨੇ ਇਸ ਜਿੰਮ ਦਾ ਉਘਾਟਨ ਕਰਨ ਇੱਥੇ ਪਹੁੰਚਣਾ ਹੈ ਸੋ ਅਸੀਂ ਇਸ ਦੇ ਨਾਲ ਹੀ ਜੋ ਕੱਲ ਦੇ ਕਵਰਿੰਗ ਦੀ ਵੀਡੀਓ ਹੋਵੇਗੀ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਧੰਨਵਾਦ ਜੀ